ਲੁਧਿਆਣਾ ਤੋਂ ਲੋਕ ਗੀਤਾ ਪਾਰਟੀ ਦੇ ਪ੍ਰਮੁੱਖ ਸਿਮਰਜੀਤ ਸਿੰਘ ਬੈਂਸ ਪਟਿਆਲਾ ਵਿਖੇ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ, ਜਿਸ ਵਿੱਚ ਵਰਕਰਾਂ ਨੂੰ ਅਹੁਦੇ ਦੇ ਕੇ ਪਾਰਟੀ ਦੀ ਜ਼ਿੰਮੇਵਾਰੀ ਸੌਂਪਣ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਦੌਰਾਨ ਉਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਰੜੇ ਹੱਥੀ ਲਿਆਂਦਿਆਂ ਆਖਿਆ ਕਿ ਪੰਜਾਬ ਦੀ ਜਨਤਾ ਨੇ ਉਹਨਾਂ ਤੇ ਵਿਸ਼ਵਾਸ ਕਰ ਉਹਨਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਇਆ। ਲੋਕਾਂ ਨੇ 10 ਸਾਲ ਅਕਾਲੀ ਦਲ ਦੀ ਸਰਕਾਰ ਤੋਂ ਛੁਟਕਾਰਾ ਪਾ ਕੇ ਪੰਜਾਬ ਦੀ ਜਨਤਾ ਦੀ ਸੇਵਾ ਕਰਨ ਦਾ ਮੌਕਾ ਦਿੱਤਾ, ਪਰ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ। ਉਹਨਾਂ ਆਖਿਆ ਕਿ 2019 ਵਿੱਚ ਲੋਕ ਸਭਾ ਚੋਣਾਂ ਵਿੱਚ ਇਹਨਾਂ ਦਾ ਲੋਕ ਹੀ ਰਿਪੋਰਟ ਕਾਰਡ ਲਿਖਣਗੇ। ਅੱਜ ਜ਼ਿਲ੍ਹੇ ਦੀ ਮੀਟਿੰਗ, ਲੋਕ ਇਨਸਾਫ ਪਾਰਟੀ ਦਾ ਡਿਸਟ੍ਰਿਕਟ ਦਾ ਅਸੀਂ ਪ੍ਰੈਜ਼ੀਡੈਂਟ ਲਾਉਣਾ, ਉਹਦੇ ਵਾਸਤੇ ਰਾਇ ਮਸ਼ਵਰਾ ਕਰਨ ਲਈ। ਮੈਨੂੰ ਅੱਜ ਅਫਸੋਸ ਇਸ ਗੱਲ ਦਾ, ਸਰਕਟ ਹਾਊਸ ਇਹ ਦੋਸਤਾਂ ਨੇ ਬੁੱਕ ਕਰਾਇਆ ਸੀ ਅਤੇ ਅੱਜ ਸਰਕਾਰ ਨੂੰ ਇੰਨਾ ਡਰ ਲੱਗਣ ਲੱਗ ਗਿਆ। ਅੱਜ ਸਰਕਾਰ ਨੂੰ ਇਹਨਾਂ ਕ੍ਰਾਂਤੀਕਾਰੀ ਯੋਧਿਆਂ ਤੋਂ ਇੰਨਾ ਡਰ ਲੱਗਦਾ, ਸਰਕਟ ਹਾਊਸ ਕੈਂਸਲ, ਕੋਈ ਸਰਕਟ ਹਾਊਸ ਨੂੰ ਇਹਨਾਂ ਨੇ ਕਿਹਾ ਵੀ ਸਾਨੂੰ ਕਮਰਾ ਦੇ ਦਿਓ, ਕਹਿੰਦੇ ਕੋਈ ਕਮਰਾ ਨਹੀਂ ਤੁਹਾਡੇ ਵਾਸਤੇ। ਸ਼ਹਿਰ ਦੇ ਵਿੱਚ ਜਿਹੜੇ ਹੋਰਡਿੰਗ ਲਾਏ, ਬੋਰਡ ਲਾਏ ਅਤੇ ਉਹ ਵੀ ਸਾਰੇ ਜ਼ਬਰਦਸਤੀ ਪੁਲਿਸ ਨੇ ਜਿਹੜੇ ਆ ਉਤਾਰਤੇ। ਸੋ ਇਸ ਫਰਸਟ੍ਰੇਸ਼ਨ ਤੋਂ ਇੱਕ ਗੱਲ ਸਾਫ਼ ਅਤੇ ਸਪਸ਼ਟ ਆ ਕਿ ਇਹ ਆਉਣ ਵਾਲਾ ਭਵਿੱਖ ਆ ਪੰਜਾਬ ਦਾ। 2019 ਜਿਹੜੀ ਲੋਕ ਸਭਾ ਇਲੈਕਸ਼ਨ ਆ ਰਹੀ ਹੈ, ਮੈਂ ਪੂਰੇ ਪੰਜਾਬ ਦਾ 1 ਤਰੀਕ ਤੋਂ 6 ਤਰੀਕ ਤੱਕ ਪਹਿਲਾਂ ਦੌਰਾ ਕੀਤਾ, ਫਿਰ ਰੋਸ ਮਾਰਚ ਵੇਲੇ ਦੌਰਾ ਕੀਤਾ। ਲੋਕ ਅੱਜ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਅਤੇ ਲੋਕ 2019 ਦੇ ਵਿੱਚ ਇਹਨਾਂ ਦਾ ਰਿਪੋਰਟ ਕਾਰਡ ਰਿਪੋਰਟ ਲਿਖਣ।